ਅਸਲਾਮ ਵਾਲੇਕੁਮ ਵੀਰਾ, ਕੀ ਹਾਲ ਜਨਾਬ? ਉਮੀਦ ਕਰਨ ਦਾ ਤੁਸੀਂ ਸਾਰੇ ਵੀਰਾ ਖੈਰ ਖਰੀਅਤ ਨਾਲ ਹੋ। ਸੋ ਮੈਂ ਤੁਹਾਡਾ ਆਪਣਾ ਵੀਰਾ ਆਮਿਰ ਬਾਟਾ, ਮੇਰਾ ਯੂਟਿਊਬ ਚੈਨਲ ਵੇਖਦੇ ਪਏ ਹੋ ਤੁਸੀਂ ਬਾਟਾ ਐਕਸਪ੍ਰੈਸ। ਪਹਿਲੇ ਤਾਂ ਥੋੜ੍ਹੀ ਇੱਕ ਨਾ ਗੱਲ ਲਿਮਿਟਡ ਹੋ ਜਾਵਣੀ, ਲੇਕਿਨ ਆਪਣੇ ਵੀਰਾਵਾਂ ਨਾਲ ਨਾ ਸ਼ੇਅਰ ਕਰਨ ਦਾ ਜਾਵਾਂ। ਬਾਕੀ ਸਾਡੇ ਨਾਲ ਨਾ ਬਣੀ ਹੈ। ਪਹਿਲੇ ਤਾਂ ਮਾਲ ਦੀ ਨਾ ਬਿਲਕੁਲ ਸੁਰਤ ਹਾਲ ਕੋਈ ਨਾ ਫੈਸਲਾ ਬਾਅਦ, ਕਿਉਂਕਿ ਅੱਗੇ ਢੇਰ ਗੱਡੀਆਂ ਵਾਲੇ ਪਰਾਲੀ ਲੋਡ ਕਰਕੇ ਜਾਂਦੇ ਹਨ, ਪਠਾਣ ਹੀ ਸਾਡੇ ਕੋਲ ਪੰਜਾਬੀ ਵੀਰਾ ਵੀ। ਹੈਲੋ, ਅਲਹਮਦੁਲਿਲਾ ਖਰੀਅਤ। ਭਾਈ ਅਭੀ ਹਮ ਨਿਕਲਾ ਹੈ 18,000 ਸੇ। ਹਾਂ, ਇਹ ਕੱਲ ਇਨਸ਼ਾ ਅੱਲਾਹ ਸਰ ਟਾਈਮ ਤੱਕ ਹਮ ਆਪਕੇ ਪਾਸ ਪਹੁੰਚੇਗਾ। ਯਾਰ ਉਸਸੇ ਪਹਿਲੇ ਤੋ ਮੁਸ਼ਕਿਲ ਹੈ, ਕਿਉਂਕਿ ਇੱਧਰ ਤੋ ਰਾਤ ਕੋ ਡਾਕੂ ਹੋਤਾ ਹੈ, ਰਾਤ ਕੋ ਡੇਰਾ ਸਮੇਲ ਖਾਨ ਸੇ ਆਗੇ ਸਫ਼ਰ ਨਹੀਂ ਕਰ ਸਕਤੇ ਹਮ। ਹਾਂ, ਅਸਰ ਕੇ ਟਾਈਮ ਤੱਕ ਇਨਸ਼ਾ ਅੱਲਾਹ ਤਾਲਾ ਪਹੁੰਚੇਗਾ ਆਪਕੇ ਪਾਸ। ਉਸਸੇ ਪਹਿਲੇ ਹਮ ਕੋਸ਼ਿਸ਼ ਕਰੇਗਾ ਇਨਸ਼ਾ ਅੱਲਾਹ। ਪਹਿਲੇ ਨਾ ਡੇਰ ਆਵਾਮ ਲੋਡ ਕਰਨ ਦੀ ਆਈ ਪਰਾਲੀ ਕੋ ਪਠਾਣ ਵੇ ਤੇ ਸਾਡੇ ਪੰਜਾਬੀ ਵੀਰਾ ਵੇ। ਹੁਣ ਜਿਵੇਂ ਉਹਦੇ ਸੇਬ ਦੇ ਜਿਸ ਵਪਾਰੀ ਜਾਂ ਜਿਸ ਬਾਗਾਂ ਵਾਲੇ ਪਰਾਲੀ ਲੈਣੀ ਆਈ ਉਹਨਾਂ ਲੈ ਲਈ, ਉਹਦੇ ਹੁਣ ਪਰਾਲੀ ਯਾਨੀ ਕਿ ਰੇਟ ਨਾ ਹੋਣ ਦੇ ਬਰਾਬਰ ਹੈ ਕਿ ਇੱਥੋਂ 15,000 ਅਤੇ 16,000 ਦਾ ਨਾ ਛੋਟੀ ਗੱਡੀ ਵਿਕਰੀ ਪੈ ਜਾਏਗੀ। ਫੈਸਲਾਬਾਦ ਸਿਦਾਰ ਬਾਈਪਾਸ 'ਤੇ ਗੱਡੀ ਖਾਲੀ, ਸਿਰੋਂ ਖਿਲਾਰਨ ਦੀ ਨਾ ਜਗ੍ਹਾ ਕੋਈ ਨਾ, ਇਤਨਾ ਗੱਡੀਆਂ ਦਾ ਰਸ਼ ਹੈ। ਦੋ ਤਰਾਏ ਦੇ ਖਲੋਤੇ ਰਹੇ ਹਾਂ। ਮੁੜ ਇਹ ਬਣਿਆ ਕਿ ਬਾਈ ਮੰਦਰ ਦੀ ਵੀਡੀਓ ਤੁਸੀਂ ਵੇਖੀ ਉਸ ਕਿ ਉਹ ਹਕਲ ਆਏ ਹੋਏ ਆ ਇਹਦੇ ਜਨਾਬ ਚਮਨ ਗੱਡੀ ਖਾਲੀ ਕਰਕੇ ਨਾ ਵਾਪਸ ਗਿਆ ਫੈਸਲਾਬਾਦ। ਉਹਨਾਂ ਆਖਿਆ ਕਿ ਤੂੰ ਇਹ ਕਰ, ਮੇਰੀ ਗੱਡੀ ਨਾ ਯਾਰ ਆ ਕੇ ਨਾ ਖਾਲੀ ਕਰਾ ਦੇ। ਮੈਂ ਲਗਾ ਗਿਆ ਜਨਾਬ ਉਹਨਾਂ ਦੀ ਗੱਡੀ ਖਾਲੀ ਕਰਾਵਣ। ਉੱਥੇ ਇੱਕ ਦਿਨ ਗੱਡੀ ਲੱਥੀ ਕੋਈ ਨਹੀਂ ਹੈਗਾ, ਮੰਡੀ ਦੇ ਵਿੱਚ ਰਸ਼ ਆਈ ਅਤੇ ਮੇਰੀ ਗੱਡੀ ਦਾ ਮਾਲ ਬਣ ਗਿਆ। ਗੋੜ ਲੋਡ ਕਰਨ ਆਈ ਜੜਾਂ ਵਾਲੇ ਦੇ ਵਿੱਚੋਂ ਜ਼ੋਬ ਦਾ ਭਾਈ ਨੂੰ ਮੈਂ ਫੋਨ ਕੀਤਾ ਕਿ ਤੂੰ ਆ ਜਾ, ਗੱਡੀ ਮੇਰੀ ਦਾ ਮਾਲ ਬਣ ਗਿਆ। ਖੈਰ ਮੈਂ ਲੱਗਿਆ ਗਿਆ ਗੱਡੀ ਲੈ ਕੇ ਉੱਥੇ। ਹੁਣ ਮੈਂ ਅੱਡੇ ਵਾਲੇ ਦੀ ਤੁਹਾਨੂੰ ਦੱਸਾਂ, ਬਿਲਟੀ ਲੈ ਲਈ ਸਾਰਾ ਕੁਝ। ਉਹਨਾਂ ਨੇ ਸਾਨੂੰ ਆਖਿਆ ਜੀ ਗੱਲਾਂ ਮੰਡੀ ਦੇ ਵਿੱਚੋਂ ਹੈਗੀ ਜਗ੍ਹਾ, ਤੂੰ ਗੱਡੀ ਲੋਡ ਹੋ ਜਾਵਣੀ ਹੈ, ਤੂੰ ਵਾਪਸ ਆ ਜਾਵਣਾ। ਠੀਕ ਹੈ, ਗੱਲਾਂ ਮੰਡੀ ਗਏ ਉੱਥੇ ਤਕਰੀਬਨ ਸ਼ਾਮ ਨੂੰ ਉਹਨਾਂ ਕੋਲ 130-140 ਤੋੜਾ ਜਿਹੜਾ 12 ਟਨ ਲੋਡ ਹੋਣਾ ਸੀ ਗੁੜ, ਤਕਰੀਬਨ 300 ਤੋੜਾ, 150 ਤੋੜਾ ਉਹਨਾਂ ਲੋਡ ਕੀਤਾ। ਬਾਕੀ ਉਹਨਾਂ ਆਖਿਆ ਜੀ ਉਹ ਕੋਈ ਪਿੰਡ ਹੈ ਉਹਦੇ ਵਿੱਚੋਂ ਲੋਡ ਹੋਣਾ। ਅੱਗਾ ਗਿਆ ਸਿੱਧਾ ਅੱਗਾ ਜਨਾਬ ਉਹਦੀ ਕੱਚੀ ਸੜਕ, ਯਕੀਨ ਕਰ ਜੋ ਕਿ ਉੱਥੋਂ ਟਰਾਲੀ ਟਰੈਕਟਰ ਮਸੇ ਲੱਗਦੀ ਆਈ ਜਿੱਥੇ ਉਹਨਾਂ ਸਾਡੀ ਗੱਡੀ ਵਾੜ ਦਿੱਤੀ। ਖੈਰ ਜਿਵੇਂ ਹਾਲੀ ਉੱਥੇ ਗੱਡੀ ਲਾਈ ਕੋਈ ਨਾ ਜੇ, ਉੱਤੋਂ ਦਾ ਨਾ ਅੱਲਾ ਤਬਾਰਕ ਵਤਾਲਾ ਨਾ ਚੰਗੀ ਜ਼ੋਰ ਦੀ ਬਾਰਿਸ਼ ਸ਼ੁਰੂ। ਖੈਰ ਸਾਡੇ ਤ੍ਰਿਪਾਲ ਪੈਂਦੇ ਆ ਤੱਕ ਨਾ ਇੰਨੇ ਸਾਡੇ ਸੰਭਲਦੇ ਕਰਦੇ ਤੱਕ ਨਾ ਕੋਈ ਗੱਟੂ ਜਿਹੜੇ ਹਨ 3-4 ਗੋੜ ਦੇ ਉਹ ਸਿੱਜ ਗਏ। ਜਿਹੜੇ ਵਪਾਰੀ ਲਦਾਵਣ ਵਾਲੇ ਹਨ ਉਹਨਾਂ ਇੰਝ ਨਾ ਕੀਤਾ ਕਿ ਚਲੋ ਯਾਰ ਦੋ ਡਰਾਈਵਰ ਹਨ, ਇਤਨੀ ਧੀਰ ਦਵਾ ਤ੍ਰਿਪਾਲ ਉੱਡਦੀ ਪਈ ਹੈ, ਅਸੀਂ ਵੀ ਨਾਲ ਕੋਈ ਹੈਲਪ ਕਰਾ ਦੇਵੀਏ। ਖੈਰ ਉਹਨੇ ਆਖਿਆ ਜੀ ਹੁਣ ਗੋੜ ਸਿੱਜ ਗਿਆ, ਲਿਆ ਅੱਜ ਰਾਤੀ ਗੱਡੀ ਲੈ ਦਿੰਦੇ ਨੇ, ਕੱਲ੍ਹ ਅਸੀਂ ਲੋਡ ਕਰਕੇ ਕਿੱਟਾਂ ਲੈ। ਠੀਕ ਹੈ, ਨਿਕਲ ਕੇ ਨਾ ਸੁਬਹ ਗੱਡੀ ਲੋਡ ਕੀਤੀ ਇਹਨੇ, ਮੁੜ ਘਰੋਂ ਆਇਆ ਸੀ ਕੱਪੜੇ ਛੱਪੜੇ ਚਾਏ ਅਤੇ ਹੁਣ ਆਪਣੇ ਵਧਿਆ ਆਇਆ ਸੀ ਡਾਲਾਂ ਵਾਲੇ ਮੋੜ।
ਐ ਕਿ ਹੁਣ ਵਪਾਰੀ ਦਾ ਫੋਨ ਆਇਆ ਪੁੱਛੇ ਸੂ ਕਿੱਥੇ ਹੋ ਜੇ। ਮੈਂ ਆਖਿਆ ਬਾਈ ਡੇਰਾ ਸਮੇਲ ਖਾਨ ਤੋਂ ਅੱਗੇ ਤਾਂ ਸਫ਼ਰ ਅਸੀਂ ਕੋਈ ਨਹੀਂ ਕਰ ਸਕਦੇ, ਜਾ ਕੇ ਸਮਣਾ ਕੋਸ਼ਿਸ਼ ਕਰਸਾਂ ਕਿ ਅਸੀਂ ਟਾਈਮ ਨਾਲ ਪਹੁੰਚਣ ਦੇ। ਮੈਂ ਉਹਨੂੰ ਆਖਿਆ ਕਿ ਅਸਰ ਟਾਈਮ ਤੱਕ ਤਾਂ ਆਦਾ ਪਿਆ ਨਹੀਂ, ਤੂੰ ਥੋੜ੍ਹਾ ਕਿ ਨਾ ਜਲਦੀ ਆਵੇ। ਚਲੋ ਬਹਰਹਾਲ ਉਨੀ ਆਉਣਾ ਹੁੰਦਾ ਜੀ, ਮੈਂ ਅੱਲਾ ਤਬਾਰਕ ਵਤਾਲਾ ਦਾ ਹੁਕਮ ਹੋਇਆ। ਬਾਕੀ ਡਾਲਾ ਵਾਲੇ ਮੋੜ ਪੜਿਆ ਅਤੇ ਨਾਲ ਤੁਹਾਨੂੰ ਕਿਰਾਇਆ ਵੀ ਦੱਸ ਦੇ, ਵੀ ਕਿ ਇਹਦਾ ਜਿਹੜਾ ਕਿਰਾਇਆ ਲੱਗਿਆ ਜਨਾਬ ਬਿਲਟੀ ਕਿਤੇ ਨਹੀਂ ਤਾਂ ਪਈ 31,500। ਮੈਂ ਬਿਲਟੀ ਤੁਹਾਨੂੰ ਵੀ ਖਾਈ ਨਾ ₹34,000 ਦੀ ਸਾਡੀ ਬਿਲਟੀ ਹੈ ਤੇ ਇਹਦੇ ਵਿੱਚ ਜਿਹੜਾ ਸਾਡਾ ਸਾਫੀ ਕਿਰਾਇਆ ਹੈ ਨਾ ਉਹ ਹੈ ਜੀ ₹31,500। ਯਾਨੀ ਕਿ ਕਿਤਨੇ ਲੈ ਲਿਆ ਜਨਾਬ ਉਹ ਸਾਡੇ ਕੋਲੋਂ? 2,500 ਅੱਡੇ ਵਾਲੇ ਸਾਡੇ ਕੋਲ ਲੈ ਲਏ ਕਮਿਸ਼ਨ। ਅਤੇ ਪਹਿਲੇ ਆਖਿਆ ਨੇਕ ਜਗ੍ਹਾ ਤੋਂ ਅਤੇ ਲੁਧਿਆਣੇ ਵੀ ਦੂਜੀ ਜਗ੍ਹਾ ਤੋਂ, ਉੱਥੇ ਬਾਰਿਸ਼ ਆ ਗਈ ਅਤੇ ਲਾਲਤ ਭੋਗਣੀ ਪਈ। ਖੈਰ ਇਹ ਮੁੜੇ ਕਿ ਰੂਟੀਨ ਨਾਲ ਹੁੰਦੀ ਹੈ, ਹੁਣ ਹੀ ਤੂੰ ਖਾਊਂਗਾ ਰਾਤ ਦੀ ਰੋਟੀ, ਮੁੜ ਗਿਆ ਜਨਾਬ ਸਫ਼ਰ ਆਪਣਾ ਸ਼ੁਰੂ ਕਰਨੇ ਆ। ਅੱਲਾ ਖੈਰ ਰੱਖੇ। ਬਸ ਹੁਣ ਆਪਣੇ ਆਏ ਅਸੀਂ ਆ ਕੇ ਨਾ ਦਰਾ ਜ਼ਿੰਦਾ ਹੋਟਲ 'ਤੇ ਜਿੱਥੋਂ ਨਾਸ਼ਤਾ ਕਰਨੇ ਆ। ਅੱਗੇ ਤੋਂ ਨਾ ਅਸੀਂ ਤਕਰੀਬਨ ਕੋਈ ਘੰਟਾ ਕਿੰਨਾ ਲੇਟ ਹੋ ਗਿਆ, ਉਹ ਲੇਟ ਇੰਜ ਹੋ ਗਿਆ ਕਿ ਇੱਕ ਸਾਡੇ ਟਾਇਰ ਪੰਚਰ ਹੋਇਆ ਇੱਥੋਂ ਜਾਂਦੇ ਵੇਰੇ ਨੀ, ਸੇਬ ਲੋਡ ਕੀਤੇ ਹੋਏ ਹਨ, ਉਹਦੀ ਲੰਗੋਟੀ ਬਦਲਾਈ ਵਾਪਸੀ ਜਨਾਬ ਆਉਂਦਿਆਂ ਪਿਆ ਨਾ ਉਹਦੀ ਇੱਥੇ 2 ਨੰਬਰੀ ਇਤਨੀ ਹੈ ਕਿ ਉਹਨਾਂ ਉਹ ਬਣੀ ਹੋਈ ਲੰਗੋਟੀ ਦੇ ਦਿੱਤੀ, ਉਹ ਪਤਾ ਹੀ ਨਹੀਂ ਚੱਲਦਾ ਬਗੈਰ ਨਾ ਮਲੂਮ ਨਹੀਂ ਹੁੰਦਾ ਕਿ ਲੰਗੋਟੀ ਨਾਲੇ ਉਸ ਵੇਲੇ ਅਸਾਂ ਗੁਜ਼ਾਰਾ ਕਰਨਾ ਹੈ ਕਿ ਜਿੱਥੇ ਅਸੀਂ ਖਲੋਤੇ ਅਸੀਂ ਉੱਥੇ ਹੋਰ ਸਾਡੇ ਕੋਲ ਹੋਰ ਜ਼ਿਆਦਾ ਹੀ ਕੋਈ ਨਾ ਆਈ। ਉਹ ਤਕਰੀਬਨ ਜੇ ਲੈ ਰਾਤੀ ਹੈਦਰਾਬਾਦ ਨਿਕਲਿਆ ਨਾ ਤਾਂ ਉਸ ਵੇਲੇ ਮੋੜ ਟਾਇਰ ਪੰਚਰ ਹੋ ਗਿਆ, ਮੋੜ ਸਟੱਪਣੀ ਲਾਈ ਸਟੱਪਣੀ ਲਾ ਕੇ ਅੱਗੇ ਆ ਕੇ ਨਾ ਮੋੜ ਪੰਚਰ ਲਵਾਵੇਂ ਲੱਗਿਆ ਨਾ ਟਾਇਰ ਨੂੰ, ਤਾਂ ਉੱਥੇ ਉਸ ਆਖਿਆ ਵੀ ਇਹ ਤਾਂ ਸਟੱਪਣੀ ਦਾ ਪੰਚਰ ਹੋਇਆ। ਉੱਤੋਂ ਮੋੜ ਉਹ ਅਸੀਂ ਹੁਣ ਸਾਨੂੰ ਨਾ ਜੈਨੂਨ ਕਰਕੇ ਦਿੱਤੀ, ਹੁਣ ਅੱਲਾ ਮਾਲਿਆ ਕਿ ਹੁਣ ਉਹ ਸਹੀ ਨਿਕਲਦੀ ਹੈ ਨਹੀਂ ਨਿਕਲਦੀ। ਪਰ ਲੋਣੀ ਤੁਕਰੇ ਨੇ ਨਾਸ਼ਤਾ ਕਰਕੇ ਕੋਸ਼ਿਸ਼ ਹੈ ਕਿ ਇਨਸ਼ਾ ਅੱਲਾ ਤਾਲਾ ਨਾ ਰੱਬ ਤਾਲਾ ਦੀ ਜ਼ਾਤ ਸਨ ਖੈਰ ਖਰੀਅਤ ਨਾਲ ਲੈ ਜਾਵੇ ਨਾ ਤਾਂ ਅਸੀਂ ਅਸਰ ਟਾਈਮ ਤੱਕ ਨਾ ਆਪਣੀ ਕਿਤੇ ਜਾ ਕੇ ਦੋ ਅਸਰ ਟਾਈਮ ਤੱਕ ਅਪੜ ਜਾਵੇ ਤਾਂ ਮੁੜ ਸਾਡੀ ਗੱਡੀ ਖਾਲੀ ਹੋ ਜਾਵਣੀ, ਅਗਰ ਲੇਟ ਹੋ ਗਈ ਤਾਂ ਮੁੜ ਵੇਖੀਏ ਸੁਬਹ ਖਾਲੀ ਕਰਨ ਦੇਣ ਜਾਂ ਰਾਤੀ ਕਰੇ ਸਨ ਖਾਲੀ। ਇਹ ਹੋਟਲ ਯਾਰ ਮੈਨੂੰ ਤਾਂ ਨਾ ਕਿਉਂਕਿ ਇੱਥੇ ਪਿੱਛੇ ਜਿਹੜੀ ਹੋਟਲ ਹੈ ਨਾ ਉਹਨਾਂ ਤੋਂ ਨਾ ਇਹ ਸਹੀ ਲੱਗਦਾ ਕਿਉਂਕਿ ਇੱਥੇ ਇੱਕ ਤਾਂ ਵਾਸ਼ਰੂਮ ਵਗੈਰਾ ਵੀ ਐਨ ਸਹੀ, ਬਾਕੀ ਨਾ ਪੈਸੇ ਬੜੇ ਜਾਇਜ਼ ਲੈਂਦੇ ਨੇ, ਯਾਨੀ ਕਿ ਡਰਾਈਵਰਾਂ ਖੋਲੂ ਉਹ ਟਰੱਕ ਡਰਾਈਵਰਾਂ ਖੋਲੂ ਉਹ ਡਰਾਈਵਰਾਂ ਵਾਲੇ ਹਿਸਾਬ ਵੀ ਰੱਖਦੇ ਨੇ, ਅਤੇ ਕਈ ਮਾਰਕੇ ਜਿਹੜੇ ਨੇ ਇੱਥੇ ਹੋਟਲਾਂ ਵਾਲੇ ਉਹ ਤਾਂ ਸਮਝਦੇ ਨੇ ਕਿ ਬਸ ਜਿਹੜੀ ਗੱਡੀ ਆ ਗਈ ਨਾ। ਪਿਛਲੇ ਦਿਨ ਇੱਕ ਉੱਥੇ ਹੋਟਲ ਪਿੱਛੇ ਦਰਾਬਾਨ ਦੇ ਨਾਲ ਕਰਕੇ ਥਾਣੇ ਦੇ ਸਾਹਮਣੇ ਹੋਟਲ ਹੈ, ਨਾ ਮੈਨੂੰ ਉਹਦਾ ਜੈਨ ਤੁਲੱਤਾ ਖਲੋਤਾ, ਉੱਥੋਂ ਅਸਾਂ ਰੋਟੀ ਖਾਧੀ ਹੈ ਸੁਬਹ ਸੁਬਹ ਤੋਂ ਟਾਈਮ ਆਇਆ ਅਸਾਂ ਕਿ ਨਾਸ਼ਤਾ ਕਰੇ ਨੇ, ਉਹਨਾਂ ਆਖਿਆ ਜੀ ਰੋਟੀ ਹੈ 2 ਰੋਟੀਆਂ ਅਤੇ 1 ਦਾਲ, ਚਾਹ ਅਸਾਂ ਕੋਈ ਨਹੀਂ ਪੀਤੀ। ਉਹਨਾਂ ਰੁਪਈਆ ਲਿਆ ਸਾਡੇ ਕੋਲ 500। ਥੋੜੀ ਜਲਦੀ ਕਰੀ ਇੱਥੋਂ ਹੁਣ ਨਾ ਅਸਾਂ 3 ਪਰਾਂਠੇ ਲੈਣ, 1 ਅੰਡਾ ਅਤੇ 2 ਚਾਵਾਂ, ਪੈਸੇ ਨਾ ਲੈਣ ਸਾਡੇ ਕੋਲ 320 ਰੁਪਈਆ। ਇਹ ਰੇਟ ਤਕਰੀਬਨ ਸ਼ਾਇਦ ਮੈਂ ਤਾਂ ਆਖਸਾਂ ਕਿ ਸਾਡੇ ਜਿਹੜੇ ਪੰਜਾਬ ਫੈਸਲਾਬਾਦ ਜੰਗ ਦਾ ਇਲਾਕਾ ਉਸ ਤੋਂ ਵੀ ਇਹ ਘੱਟ ਹੈ ਰੇਟ। ਤਲਮਾਰਾ ਲੈਣਾ ਦੀ ਮਿਹਰਬਾਨੀ ਹੈ ਯਾਰ, ਚਲੋ ਕੋਈ ਸਾਡੇ ਟਰੱਕਾਂ ਵਾਲਿਆਂ ਦਾ ਖਿਆਲ ਕਰਨ ਦੇਣਾ।
ਇਹ ਹੁਣ ਨਾ ਮੁਗਲ ਕੋਟ ਵਾਲੀ ਨਾ ਵੱਡੀ ਜਿਹੜੀ ਚੜਾਈ ਹੈ ਨਾ ਉਹ ਮੈਂ ਚੜਦਾ ਪਿਆ ਤੇ ਇੱਥੇ ਮੈਂ ਪਿਛਲੇ ਚੱਕਰ ਜਿਹੜਾ ਆਇਆ ਸੀ ਨਾ ਉਹ ਮੇਰੇ ਕੋਲ ਲੋਡ ਆਏ ਤਕਰੀਬਨ ਕੋਈ 8-9 ਟਨ ਤੇ ਉਸ ਵੇਲੇ ਮੇਰੀ ਗੱਡੀ ਨੇ ਇੱਥੇ ਦੂਏ ਗੇਰੇ ਚੜੀ ਆਈ ਮੈਂ ਨਾ ਵੇਖਣਾ ਸੀ ਕਿ ਗੱਡੀ ਯਾਨੀ ਕਿ ਹੁਣ 12 ਟਨ ਲੋਡ ਹੈ ਤਾਂ ਹੁਣ ਹੀ ਨਾ ਦੂਏ ਗੇਰੇ ਚੜਦੀ ਪਈ ਇਹਦਾ ਮਤਲਬ ਇਹ ਕਿ ਗੱਡੀ 'ਤੇ ਅਗਰ 10 ਟਨ ਲੋਡ ਹੋਵੇ ਜਾਂ 12 ਟਨ ਲੋਡ ਹੋਵੇ ਤਾਂ ਇਤਨਾ ਖਾਸ ਡੀਜ਼ਲ ਦਾ ਫਰਕ ਜਿਹੜਾ ਨਾ ਉਹ ਗੱਡੀ ਕੋਈ ਨਹੀਂ ਪਾਵਣਾ ਕਿਉਂਕਿ ਸਾਫ਼ ਜ਼ਾਹਰ ਅਗਰ ਹੁਣ 10 ਟਨ ਲੋਡ ਆਈ ਤਾਂ ਉਸ ਲਈ ਦੂਏ ਗੇਰੇ ਚੜੀ ਆਏ ਹੁਣ 12 ਟਨ ਨੇ ਤਾਂ ਵੀ ਦੂਏ ਗੇਰੇ ਚੜਦੀ ਪਈ ਤਾਂ ਬਿਲਕੁਲ ਆਸਾਨੀ ਨਾਲ ਕਿ ਅੱਗੇ ਪਹਿਲੇ ਨਾ ਕਾਫ਼ੀ ਦੇਰ ਦਾ ਮੈਂ ਵੇਖਦਾ ਜਾਂਦਾ ਸੀ ਕਿ ਅੱਗੋਂ ਸਾਹਮਣੇ ਨਾ ਆਉਣ ਵਾਲੀ ਗੱਡੀ ਨਾ ਮੈਨੂੰ ਕੋਈ ਨਹੀਂ ਮਿਲੀ ਨਾ ਪਿੱਛੇ ਨਦੀ ਦੇ ਵਿੱਚ ਹੀ ਬਿਲਕੁਲ ਰੋਡ ਖਾਲੀ ਪਿਆ ਸੀ ਜਿੱਥੇ ਯਾਨੀ ਕਿ ਸਿੰਗਲ ਸਿੰਗਲ ਗੱਡੀ ਗੁਜ਼ਰਦੀ ਹੈ ਅਤੇ ਉਸ ਤੋਂ ਅੱਗੇ ਚੜਾਈ ਦੇ ਵਿੱਚ ਹੀ ਕਾਫ਼ੀ ਟਾਈਮ ਹੋ ਗਿਆ ਕੋਈ ਤਕਰੀਬਨ ਕੋਈ 5-7 ਕਿਲੋਮੀਟਰ ਨਾ ਗੱਡੀ ਆਉਣ ਵਾਲੀ ਮੈਨੂੰ ਕੋਈ ਨਹੀਂ ਮਿਲੀ ਮੈਂ ਕਿਹਾ ਅੱਲਾ ਖੈਰ ਕਰੇ ਕਿਤੇ ਰਾਹ ਨਾ ਬੰਦ ਹੋਵੇ ਤਾਂ ਇਹ ਅੱਗੇ ਆਇਆ ਨੇ ਜਿਹੜੀ ਮੁਗਲ ਕੋਟ ਵਾਲੀ ਚੈੱਕ ਪੋਸਟ ਹੈ ਯਾਨੀ ਕਿ ਜਿੱਥੇ KPK ਦੀ ਪਹਿਲੀ ਚੈੱਕ ਪੋਸਟ ਹੈ ਅਤੇ ਇੱਥੇ ਲੈਣਾ ਲੱਗੀਆਂ ਹੋਈਆਂ ਗੱਡੀ ਅਗਾਂਹ ਨਾ ਕੋਈ ਇੱਥੇ ਹੈਗਾ ਪੁਲਿਸ ਵਾਲੇ ਨੇੜੇ ਆਉਂਦੇ ਪਏ ਹਨ ਅੱਗੇ ਤਾਂ ਚਲੋ ਉਹ ਚੈੱਕ ਚੁੱਕ ਰਹਿੰਦੇ ਹਨ ਕਿ ਡੀਜ਼ਲ ਕਿਤਨਾ ਹੈ ਜਾਂ ਨਹੀਂ ਹੈ ਕੋਈ 150 ਲਿਆ ਹੁਣ ਅੱਗੋਂ ਦਾ ਸਿਰੋਂ ਕੋਟਿੰਗ ਕਰਦੇ ਸੱਟੇ ਪਏ ਹਨ ਅਤੇ ਗੱਡੀਆਂ ਖਲੋਤੀਆਂ ਹਨ ਪਤਾ ਨਹੀਂ ਹੁਣ ਇੱਕ ਹੀ ਮਸਲਾ ਬਣਿਆ ਖਲੋਤਾ ਬੇਚਾਰਿਆਂ ਨਾਲ ਯਾਰ ਬਹਰਹਾਲ ਜਿਹੜੇ ਵੀ ਹੈ ਨਾ ਸਾਰੇ ਟਰਾਂਸਪੋਰਟ ਵਿਚਾਰੇ ਡਰਾਈਵਰ ਬਿਰਾਵਾਂ ਨੂੰ ਸਾਰਾ ਕੰਮ ਤਾਂ ਲਾਲਾ ਤਾਂ ਲਾਈ ਹੈ ਬਸ ਸ਼ਗਿਰਦ ਮੇਰਾ ਉੱਠਿਆ ਹੁਣ ਸੁੱਤਾ ਤਕਰੀਬਨ ਕੋਈ 4 ਘੰਟੇ ਤੋਂ ਬਾਅਦ ਪਹਿਲੇ ਆਪ ਪਾਣੀ ਪੀ ਕੇ ਨਾ ਤੇ ਪਿੱਛੇ ਮੇਰੇ ਕੋਲ ਪੁੱਛਦਾ ਪਿਆ ਪਾਣੀ ਪੀਵਣਾ ਹੀ ਇਹਨੇ ਕਿਤੇ ਹੀ ਨਾ ਅੱਜ ਨਾ ਯਾਰ ਗੱਡੀ ਮੈਂ ਬੜੀ ਛਿੱਕੀ ਹੈ ਇਸ ਬਿੱਲੀ ਮੈਂ ਆਖਿਆ ਮਾਲ ਆ ਲਿਆ ਕਿ ਬਾਈ ਅਗਰ ਤੂੰ 3 ਵਜੇ ਤੱਕ ਆ ਗਿਆ ਉਹਨੇ ਤਾਂ ਗੱਡੀ ਤੇਰੀ ਅਸੀਂ ਖਾਲੀ ਕਰਨੀ ਹੈ ਅਗਰ 3 ਵਜੇ ਤੂੰ ਲੇਟ ਆਇਓ ਤਾਂ ਮੁੜ ਗੱਡੀ ਕੱਲ੍ਹ ਤੇਰੀ ਇਸ ਟਾਈਮ 'ਤੇ ਖਾਲੀ ਹੋ ਸੀ ਮੈਂ ਕੋਸ਼ਿਸ਼ ਕੀਤੀ ਹੈ ਕਿ ਯਾਰ ਨਾ ਅਸੀਂ ਹਾਲਾਂਕਿ ਸੁਬੋ ਨਾਸ਼ਤਾ ਕਰਕੇ ਨਾ ਤਕਰੀਬਨ ਨਿਕਲਿਆ ਸਿੱਧਰ ਦਿੰਦੇ ਤੂੰ 10 ਵਜੇ ਅਤੇ ਹੁਣ ਅਡਾਈ ਦੇ ਟਾਈਮ ਹੁੰਦਾ ਮੈਂ 4:30 ਘੰਟਿਆਂ ਦੇ ਵੇਚਣਾ ਅਲਹਮਦੁਲਿਲਾ ਪੜਿਆ ਹਾਂ ਜ਼ੋਬ ਅਗਲੇ ਬੰਦੇ ਨਾਲ ਰਾਬਤਾ ਕੀਤਾ ਸਾ ਕਿਹਾ ਬਈ ਤਾਂ ਡਿਗਰੀ ਕਾਲਜ ਦੇ ਨਾਲ ਆ ਕੇ ਖਲੋ ਜਾ ਅਸੀਂ ਕਿਸੇ ਡਾਟਸਨ 'ਤੇ ਜਾਂ ਤਰੰਜ ਵਗੈਰਾ 'ਤੇ ਨਾ ਆ ਕੇ ਮਾਲ ਚਾ ਲੈਂਦੇ ਹਾਂ ਉੱਥੋਂ ਥੋੜ੍ਹੀ ਥੋੜ੍ਹੀ ਬਾਰਿਸ਼ ਪਿੱਛੇ ਤਾਂ ਚੁੱਕੜੀ ਆਈ ਬਾਰਿਸ਼ ਇੱਥੇ ਥੋੜ੍ਹੀ ਇੱਕ ਇਹਨੇ ਕਣਕ ਪਾਰ ਜੇ ਰੱਥੀ ਹੋਈ ਆ ਚਲੋ ਅੱਲਾ ਕਰੇ ਯਾਰ ਅਗਰ ਗੱਡੀ ਖਾਲੀ ਹੋ ਜਾਵੇ ਨਾ ਤਾਂ ਰਾਤ ਹੀ ਸਕੂਨ ਦਾ ਆਰਾਮ ਕਰ ਸਕਦਾ ਅਤੇ ਕੱਲ੍ਹ ਬੰਦਾ ਗੱਡੀ ਲੋਡ ਕਰਨ ਨਾਲ ਬਣਦਾ ਅਗਰ ਇਹ ਕੱਲ੍ਹ ਖਾਲੀ ਹੁੰਦੀ ਤਾਂ ਪੂਰੀ ਦਿਹਾੜੀ ਜਿਹੜੀ ਆਈ ਉਹ ਆਪਣੀ ਬੱਚ ਜੰਮਣੀ ਆਏ ਇਹ ਬਾਈ ਹੋਰ ਇੰਜੇ ਦਾ ਮਾਲ ਹੈ ਨਾ ਇਹ ਕਿੰਨੇ ਟਾਈਮ ਤੱਕ ਬਿਰਾ ਗੱਡੀ ਖਾਲੀ ਗਾੜੀ ਕਿੰਨੇ ਟਾਈਮ ਤੱਕ ਖਾਲੀ ਹੈ ਸਰ ਕੇ ਬਾਅਦ ਬਸ ਖਾਲੀ ਨਹੀਂ ਉਧਰ ਲੈ ਕੇ ਜਾਏਗਾ ਜਾਂ ਇਧਰ ਸੇ ਮਾਲ ਉਤਾਰੇਗਾ ਉਧਰ ਬਾਜ਼ਾਰ ਮੋੜ ਕੇ ਜਾਏਗਾ ਤਾਂ ਇਹ ਤੇਰਾ ਮਾਰਾ ਕਰੀ ਬਈ ਚੋਕ ਅੱਛਾ ਉਧਰ ਗੱਡੀ ਜਾ ਸਕਦਾ ਜਾ ਸਕਦਾ ਉਹ ਸਾਥ ਲੈ ਕੇ ਜਾ ਆਪ ਦਾ ਨਾਮ ਸੱਚੇ ਤੇ ਬਾਈ ਕਾ ਨਾਮ ਇਸ ਦਾ ਨਾਮ ਸਾਜੇ ਦਾ ਮੇਰਾ ਨਾਮ ਹੈ ਨਾ ਮਾਰ ਕੇ ਨੰਬਰ ਨੰਬਰ ਦੇ ਕੋ ਸਦਾ ਮਾਰਾ ਜਿਸ ਪਹਿਲਾਂ ਗੱਲ ਕਰ ਰਿਹਾ ਥਾ ਨਾ ਜਿਸ ਰਾਤ ਤੋਂ ਕੀ ਅੰਤਰ ਉਹ ਮੇਰਾ ਬਤਾ
ਅਭੀ ਜਿਸ ਸੇ ਆਪਕੋ ਫੋਨ ਕੀਆ ਹਮਨੇ ਕੀਆ ਵੋ ਇਸ ਤਰ੍ਹਾਂ ਗੱਡੀਆਂ ਨੇ ਆਖਿਆ ਵੀ ਅਸਲ ਟਾਈਮ ਤੋਂ ਬਾਅਦ ਲੈ ਜਾ ਆਪਣੇ ਮੋਟਰਸਾਈਕਲ ਦੀ ਆਪਣੀ ਰੂਟੀਨ ਆਉਂਦੀ ਉਸਨੇ ਤੇ ਬਿਰਾਨ ਨੇ ਸਾਡੇ ਵਾਸਤੇ ਚਾਹ ਲੈ ਕੇ ਆਇਆ ਤੁਹਾਨੂੰ ਪਤਾ ਮਹਿਮਾਨ ਨਵਾਜ਼ ਜਿਹੜੀ ਹੈ ਨਾ ਉਹ ਪਠਾਣਾ ਤੋਂ ਪਿੱਛੇ ਜਿਹੜੀ ਹੈ ਨੌਕਰ ਦਾ ਗੱਡੀ ਆਪਣੀ ਹੁਣ ਨਾ ਸ਼ੁਰੂ ਕਰ ਦਿੱਤੀ ਇਹਨੇ ਖਾਲੀ ਕਰਨੀ ਨਾ ਇਹ ਜ਼ੋਬ ਦੇ ਵਿੱਚ ਬਸ ਇਹਨੇ ਨਾਲ ਕਰਕੇ ਨੇ ਸ਼ੁਕਰ ਅੱਗੇ ਠੇਰ ਨੇ ਬਾਜ਼ਾਰ ਦੇ ਵਿੱਚ ਕੋਈ ਨਹੀਂ ਜਾਣਾ ਪਿਆ ਆਖਿਆ ਇਹਨੇ ਕਿ ਗੱਡੀ ਮਜ਼ਦੂਰ ਜਿਹੜੇ ਇਹਨਾਂ ਦਾ ਚਾਰ ਪੰਜ ਜਾਣ ਕੇ ਆਖਿਆ ਇਹਨੇ ਜ਼ਿਆਦਾ ਤੋਂ ਜ਼ਿਆਦਾ ਨਾ ਅੱਧੇ ਤੋਂ ਮੁੰਨੇ ਘੰਟੇ ਦੇ ਵਿੱਚ ਨਾ ਤੁਹਾਡੀ ਗੱਡੀ ਖਾਲੀ ਹੋ ਜਾਸੀ ਰਾਤੀ ਉੱਥੋਂ ਨਿਕਲਿਆ ਸੀ ਜ਼ੋਬ ਦੇ ਵਿੱਚੋਂ ਨਾ ਤਕਰੀਬਨ ਕੋਈ 7:30-8 ਵਜੇ ਰੋਟੀ ਛੋਟੀ ਖਾ ਕੇ ਮੁੜ ਆ ਗਏ ਆਏ ਅਸੀਂ ਕਿਲੇ ਸਾਹਿਬ ਫੁੱਲਣ ਰਾਤੀ ਆ ਕੇ ਗਏ ਅਸੀਂ ਸਾਏ ਇੱਥੇ ਆਪਣੇ ਅਸੀਂ ਤਕਰੀਬਨ ਅਸੀਂ ਕੋਈ 10:30 ਵਜੇ ਮੈਂ ਕਿਹਾ ਜਿਹੜਾ ਇੰਨੇ ਰਾਤ ਦਾ ਨੀਂਦਰਾ ਕਰਨਾ ਨਾ ਉਹਦੇ ਨਾਲ ਬਿਹਤਰ ਹੈ ਕਿ ਸਹਿ ਜਾ ਵੀ ਹੈ ਅਤੇ ਸੁਬਹ ਅੱਲਾ ਖੈਰ ਰੱਖੇ ਨਾ ਇੱਥੋਂ ਨਿਕਲਿਆ ਹੁਣ ਜਾਂਦੇ ਪਏ ਖਾਨੂੰ ਜਾਈ ਨਾ ਕਿ ਅੱਡੇ ਵਾਲੇ ਨਾਲ ਕੀਤਾ ਰੱਬ ਤਾਂ ਮੈਂ ਕਿਹਾ ਕਿ ਉਸ ਆਖਿਆ ਜਾ ਕੇ ਨਾ ਖਾਨੂੰ ਜਾਈ ਆਪਣੇ ਆਏ ਨਾ ਪਹਿਲੇ ਤਾਂ ਆਪਣਾ ਯਾਰ ਆਪਣਾ ਵਧਾਏ ਸ਼ੌਕਤ ਬਲੋਸ ਇਸ ਖਬਰ ਦਿੱਤੀ ਹੈ ਕਿ ਕਰਮਾ ਲਿਆ ਕਿਤੇ ਇੱਥੋਂ ਪਹਿਲੇ ਦੋ ਗੱਡੀਆਂ ਖਲੋਤੀਆਂ ਨਹੀਂ ਤਰਗੜਾ ਹੋ ਕੇ ਆਵੇ ਚਲੋ ਬਹਰਹਾਲ ਅੱਲਾ ਮਾਲਿਕ ਰੋਜ਼ ਰਾਬਤਾ ਲੈ ਦੀ ਜ਼ਾਤ ਦੇਵਣੀ ਹੈ ਜਿਵੇਂ ਲਿਖੀ ਪਈ ਉਹ ਤਾਂ ਦੇਵਣੀ ਦੇਵਣੀ ਹੈ ਇੱਕ ਗੱਡੀ ਮੇਰੇ ਖਿਆਲ ਜਾਂਦੀ ਪਈ ਉਹ ਦਬਾਣ ਕੇ ਉਸੇ ਕਮਾਲ ਦੂਜੀ ਗੱਡੀ ਹੈ ਖਲੋਤੀ ਹੈ ਇਸ ਤੋਂ ਉੱਤੋਂ ਜਿਹੜਾ ਨਾ ਅੱਲਾ ਖੈਰ ਰੱਖੇ ਨੰਬਰ ਜਿਹੜਾ ਮੁੜਾ ਆਪਣਾ ਆਉਣਾ ਆ ਅਤੇ ਇਹ ਹੁਣ ਮੇਰੇ ਵੱਲ ਵੇਖ ਕੇ ਨਾ ਹੱਸਦੇ ਪੈਣ ਪਏ ਸੁਬਹ ਸੁਬਹ ਆਇਆ ਨਾ ਤਾਂ ਸਭ ਤੋਂ ਪਹਿਲਾਂ ਨਾ ਵੀ ਇੰਨੀ ਉਹ ਵੀਡੀਓ ਦੀ ਵੀ ਹੋਰ ਇਨਕਮ ਕੋਈ ਨਹੀਂ ਹੈ ਅਸਲਾਮ ਵਾਲੇਕੁਮ ਕੀ ਹਾਲ ਹੈ ਠੀਕ ਹੋ ਅਲਹਮਦੁਲਿਲਾ ਸ਼ੁਕਰ ਅੱਲਾ ਦਾ ਠੀਕ ਸ਼ੁਕਰ ਬਲੋਚ ਸਾਹਿਬ ਕੀ ਕਰਨ ਦਾ ਪਿਆ ਸੁਬਹ ਸੁਬਹ ਕੀ ਕਰਨ ਦਾ ਪਿਆ ਅੱਲਾ ਲਿਆ ਵੀ ਜਿੱਥੇ ਹੁਣ ਤੂੰ ਗੱਡੀ ਖਿਲਾਰੀ ਹੈ ਪਿੱਛੋਂ ਉੱਚੀ ਖਲੋਤੀ ਗੱਡੀ ਖਲੋਤੀ ਕੰਮ ਤੋਂ ਕੰਮ ਤੂੰ ਖਿਲਾਰ ਥੋੜ੍ਹੇ ਕੁ ਅੱਗੂ ਕਿੱਦਾਂ ਉੱਚਾਈ ਤਾਂ ਖਿਲਾਰ ਅੱਛਾ ਵਾਹ ਜੀ ਵਾਹ ਇਹ ਤਾਂ ਬੜੀ ਚੰਗੀ ਗੱਲ ਹੈ ਯਾਰ ਇਹ ਮੋਬਾਈਲ ਕਿੱਥੋਂ ਲਿਆ ਅੱਛਾ ਕਿਵੇਂ ਡਿਆ ਲੀਟਰ ਮੁਗਲੈਲ ਚੰਗਾ ਹੈ ਨਾ ਬਾਕੀ ਇੱਕ ਤਾਂ ਹੈ ਜੇ ਅਗਰ ਗੱਡੀ ਅੱਜ ਨਾ ਹੀ ਲੋਡ ਹੋਵੇ ਨਾ ਤਾਂ ਠੀਕ ਹੈ ਕਿਉਂਕਿ ਇੱਥੇ ਨਾ ਬਾਰਿਸ਼ ਚੰਗੀ ਹੋਈ ਹੈ ਤਾਂ ਨਦੀ ਨਾਲਿਆਂ ਦੇ ਵਿੱਚ ਹੀ ਤੁਹਾਨੂੰ ਪਤਾ ਹੈ ਕਿ ਜਿਹੜੇ ਰਾਹ ਆਏ ਨੇ ਉਹ ਸਿੰਨੇ ਪਏ ਆਉਣੇ ਚਲੋ ਕੱਲ੍ਹ ਗੱਡੀ ਲੋਡ ਹੋਵੇ ਨਾ ਤਾਂ ਤੁਹਾਨੂੰ ਚਲੋ ਅੱਜ ਤੋਂ ਦੇ ਚੰਗਾ ਨਿਕਲਿਆ ਖਲੋਤਾ ਨਾਲੇ ਰਾਹ ਵੀ ਹਵਾ ਲੱਗ ਜਾ ਸੀ ਤਾਂ ਚਲੋ ਜਿਹੜਾ ਨਾ ਆਪਾਂ ਸੁੱਕੇ ਸੁੱਕੇ ਦਿਸਾਂ ਅਤੇ ਇਹ ਵੀਡੀਓ ਜਿਹੜੀ ਆ ਹੁਣ ਵੀਰਾ ਇੱਥੇ ਹੀ ਮੁੱਕੇ ਨਹੀਂ ਅੱਲਾ ਖੈਰ ਰੱਖੇ ਅਗਲੀ ਵੀਡੀਓ ਜਿਵੇਂ ਗੱਡੀ ਲੱਦਣ ਗਿਆ ਸੀ ਉਹ ਆਪਣੇ ਵੀਰਾਂ ਨਾਲ ਸ਼ੇਅਰ ਕਰਸਾਂ ਇਹ ਤੁਹਾਨੂੰ ਤੱਕ ਆਪਣੇ ਵੀਰਾਂ ਨੂੰ ਇਜਾਜ਼ਤ ਦਿਓ ਪਾਕਿਸਤਾਨ ਜ਼ਿੰਦਾਬਾਦ।